ਕਿਸਾਨ ਦੋਸਤੋ ਖੇਤਾਂ ਦੇ ਵਿੱਚ ਜਿਹੜਾ ਕਣਕ ਦੀ ਬਿਜਾਈ ਜ਼ੋਰਾਂ ਤੇ ਸੀਗੀ ਮੀਂਹ ਪੈ ਗਿਆ ਖੇਤ ڪرੰਟ ਹੋ ਗਏ ڪرੰਟ ਹੋਣ ਤੋਂ ਬਾਅਦ ਚ ਅਲੱਗ-ਅਲੱਗ ਖੇਤਾਂ ਦੀਆਂ ਅਲੱਗ-ਅਲੱਗ ਸਥਿਤੀਆਂ ਐ ਤੇ ਪੂਰੇ ਪੰਜਾਬ ਦੇ ਵਿੱਚ ਇੱਕ ਤਰੀਕਾ ਨਾਲ ڪرੰਟ ਨਹੀਂ ਪੰਨੀ ਜਾ ਸਕਦੀ ਸਾਰੇ ਖੇਤਾਂ ਦੇ ਵਿੱਚ ڪرੰਟ ਨਹੀਂ ਪੰਨੀ ਜਾ ਸਕਦੀ ਤਾਂ ਕੁਝ ਪੁਆਇੰਟ ਮੈਂ ਮੇਰੇ ਪਿੰਡ ਦੇ ਸੂਝਵਾਨ ਕਿਸਾਨ ਜਿਹੜੇ ਨੁਕਸਾਨ ਤੇ ਵਿਗਿਆਨੀ ਕੀ ਕਹਿੰਦੇ ਆ ਉਹਨਾਂ ਦੀ ਸਲਾਹ ਦੇ ਨਾਲ ਤੁਹਾਡੇ ਨਾਲ ਗੱਲ ਕਰਨ ਲੱਗਾ ਹਾਂ ਤੁਸੀਂ ਬਹੁਤ ਸੂਝਵਾਨ ਹੋ ਆਪਣੇ ਬਜ਼ੁਰਗਾਂ ਦਾ ਰਾਏ ਕਰਕੇ ਕਿਵੇਂ ਤੁਹਾਡੇ ਏਰੀਆ ਚ ਕਰਨਡ ਪਣੀ ਜਾਂਦੀ ਹੈ ਕਿਹੜੀ ਸਥਿਤੀ ਕੀ ਧਿਆਨ ਰੱਖਣਾ ਕਮੈਂਟ ਜਰੂਰ ਕਰਿਓ ਤਾਂ ਕਿ ਬਾਕੀ ਕਿਸਾਨਾਂ ਨੂੰ ਪਤਾ ਲੱਗ ਸਕੇ ਮੈਂ ਕਰਨਡ ਦੇ ਵਿੱਚ ਹਜੇ ਕੱਚਾ ਹਾਂ ਮੈਂ ਆਪਣੇ ਮਾਰਾਂ ਦੇ ਨਾਲ ਗੱਲ ਕਰਕੇ ਕਿਸਾਨਾਂ ਨਾਲ ਗੱਲ ਕਰਕੇ ਉਹ ਹੀ ਤੁਹਾਡੇ ਨਾਲ ਦੱਸ ਸਾਂਝੀ ਕਰ ਰਿਹਾ ਮੈਂ ਹਾਂ ਕੁਲਦੀਪ ਸਿੰਘ ਸ਼ੇਰਗਰ ਮਖਾਈ ਫਤਿਹ ਸਾਹਿ ਪੋਨੇ ਵਾਹ ਕੁਲਜੀ ਕੀ ਖਾਲਸਾ ਵਾਹ ਕੁਲਜੀ ਕੀ ਫਤਿਹ ਪਹਿਲਾਂ ਚੱਲਦਾ ਖੇਤ ਹੀ ਦੇਖ ਲਈ ਆਪਾਂ ਕੀ ਹੈ ਇਹ ਸੁਪਰ ਸੀਡਰ ਦੇ ਨਾਲ ਕਿਸਾਨ ਨੇ ਕਣਕ ਬੀਜੀ ਹੈ ਭਾਵੇਂ ਕਿ ਇਹ ਕਰਨ ਦੇ ਵਿੱਚ ਨਹੀਂ ਆਈ ਕਰਨ ਤੋਂ ਪਹਿਲਾਂ ਉਗ ਚੁੱਕੀ ਸੀਗੀ ਪਰੰਤੂ ਇਹ ਉੱਗੀ ਘੱਟ ਹੈ ਤੇ ਉਹ ਸੁਪਰ ਸੀਡਰ ਦੀਆਂ ਆਪ ਦੀਆਂ ਕਵੀਆਂ ਨੇ ਬਹੁਤ ਸਾਰੀਆਂ ਅਲੱਗ-ਅਲੱਗੇ ਘਾਟੇ ਤਾਂ ਜੇ ਤੁਹਾਡੇ ਖੇਤ ਦੇ ਵਿੱਚ ਕੋਈ ਇਹੋ ਜਿਹੀ ਸਥਿਤੀ ਹੈਗੀ ਹੈ ਤਾਂ ਇਹੋ ਜਿਹੇ ਖੇਚਰੇ ਆਪਾਂ ਕੁਝ ਵੀ ਨਹੀਂ ਕਰ ਸਕਦੇ ਕੁਝ ਦਾਣੇ ਮੁੜੇ ਪਏ ਆ ਕੁਝ ਦਾਣੇ ਉੱਗੇ ਪਏ ਆ ਕੁਝ ਕਿਸ ਤਰ੍ਹਾਂ ਹੈਗੇ ਆ ਕਿਉਂਕਿ ਜੇ ਤੁਸੀਂ ਕੁਝ ਕਰਦੇ ਹੋ ਤਾਂ ਨਵਾਂ ਜਿਹੜਾ ਹੈਗਾ ਉਹ ਇਹ ਓਕੇ ਤਾਂ ਆਏਗਾ ਪਰ ਉਹਨੂੰ ਪੁਰਾਣਾ ਟੁੱਟ ਜਾਏਗਾ ਤੇ ਹਾਂ ਸਵੇਰ ਦੇ ਟਾਈਮ ਤੇ ਇੱਕ ਧਿਆਨ ਰੱਖਿਓ ਕਿ ਗਿੱਲ ਬਹੁਤ ਹੁੰਦੀ ਹੈ ਉੱਪਰ ਜਿਹੜੀ ਪੇਪੜੀ ਹੈ ਉਹ ਪੋਲੀ ਹੋ ਜਾਂਦੀ ਹੈ ਤੇ ਸਵੇਰ ਦੇ ਟਾਈਮ ਤੇ ਕਣ ਕੁੱਗਦੀ ਹੈ ਜੇ ਤੁਹਾਨੂੰ ਇਹ ਲੱਗਦਾ ਕਿ ਮੇਰੇ ਕੇ 60% 70% ਕਣ ਕੁੱਗਾ ਹੀ ਹੈ ਤਾਂ ਉਹ ਤੋਂ ਬਾਅਦ ਸਾਨੂੰ ਇਹ ਕਰਨਾ ਚਾਹੀਦਾ ਕਿ ਪਹਿਲੇ ਪਾਣੀ ਦੇ ਅੱਗੇ ਜਿਹੜਾ ਹੈਗਾ ਕਣਕ ਦਾ ਛਿੱਟਾ ਦੇ ਕੇ ਹਲਕਾ ਪਾਣੀ ਲਾ ਦੇਣਾ ਚਾਹੀਦਾ ਉਹਦੇ ਵਿੱਚ 550 ਵੀ ਸਕਦੇ ਹੋ 2850 ਵੀ ਸਕਦੇ ਹੋ ਜੋ ਤੁਹਾਡੇ ਕੋਲ ਵੈਰਾਈਟੀ ਹੈਗੀ ਉਸ ਹਿਸਾਬ ਨਾਲ ਤਾਂ ਕੰਕ੍ਰੀਟ ਵੀ ਚੱਲ ਪਏਗੀ ਵਧੀਆ ਹੋ ਜਾਏਗੀ ਆਪਾਂ ਕਰਦੇ ਹੀ ਰਹੀਏ ਅਗਲੇ ਪਿਛਲੇ ਸਾਲਾਂ ਚ ਹੁਣ ਆਪਾਂ ਕਰੰਟ ਪੰਨਾਂ ਦੇ ਤਰੀਕਿਆਂ ਦੀ ਗੱਲ ਕਰਦੇ ਹਾਂ ਸਾਡੇ ਕੋਲੇ ਕਈ ਸਾਰੇ ਤਰੀਕੇ ਨੇ ਜਿਵੇਂ ਨੰਬਰ 1 ਤੇਰਾ ਜਿਹੜਾ ਕਰਾਂਡਾ ਕਰਾਂਡਾ ਜਾਣਦੇ ਹੋ ਨਾ ਕੀ ਹੁੰਦਾ ਇਹ ਇੱਕ ਫੱਟੇ ਦੇ ਉੱਤੇ ਇੱਕ ਜਿਹੜਾ ਹੈਗਾ ਜਾਂ ਸੁਹਾਗਰੇ ਹੇਠਲੇ ਪਾਸੇ ਨਿੱਕੀਆਂ-ਨਿੱਕੀਆਂ ਕਿੱਲ ਲੱਗੀਆਂ ਹੁੰਦੀਆਂ ਜਾਂ ਇੱਕ ਜਿਹੜਾ ਹੈਗਾ ਸਿਸਟਮ ਨਾਲ ਨਿੱਕੀਆਂ-ਨਿੱਕੀਆਂ ਕਿੱਲ ਲੱਗੀਆਂ ਹੁੰਦੀਆਂ ਤੁਹਾਡੇ ਕੋਲੇ ਹੈਰੋਂ ਹੁੰਦੀ ਹੈ ਟੋੜੇ ਕੋਲੇ ਜਾਲ ਹੁੰਦਾ ਠੀਕ ਹੈ ਕੁਝ ਜਗ੍ਹਾ ਸੁਹਾਗਾ ਵਰਤ ਕੇ ਰੋਟਾਵੇਟਰ ਉੱਚਾ ਚੱਕ ਕੇ ਜੇ ਡ੍ਰਿਲ ਨਾਲ ਵੀ ਜੇ ਡ੍ਰਿਲ ਦੇ ਨਾਲ ਹੀ ਕੁਝ ਵੀ ਪਾ ਕੇ ਆਪਾਂ ਕਰੰਡ ਅਲੱਗ-ਅਲੱਗ ਤਰੀਕੇ ਨਾਲ ਬੰਨ ਸਕਦੇ ਹਾਂ ਲੇਕਿਨ ਜਦੋਂ ਵੀ ਕਰੰਡ ਬੰਨਣੀ ਹੈ ਸਾਡਾ ਇੱਕ ਮਕਸਦ ਹੁੰਦਾ ਕਿ ਜਿਹੜਾ ਝੋਨੇ 'ਚ ਗੱਲ ਵੱਖਰੀ ਹੁੰਦੀ ਹੈ ਕਣਕ ਦਾ ਜਿਹੜਾ ਸੂਆ ਹੈਗਾ ਉਹ ਬੜਾ ਹੀ ਨਾਜ਼ੁਕ ਹੁੰਦਾ ਤੇ ਦਾ ਬੀ ਡਿਸਟਰਬ ਨਾ ਹੋਵੇ ਅਸੀਂ ਇਹ ਧਿਆਨ ਰੱਖਣਾ ਕਿ ਦਾ ਬੀ ਡਿਸਟਰਬ ਨਾ ਹੋਵੇ ਜੇ ਤੁਸੀਂ ਰੋਟਾਵੇਟਰ ਨਾਲ ਕਰਨਡ ਪਾਣ ਰਹੇ ਹੋ ਜੇ ਤੁਸੀਂ ਡ੍ਰਿਲ ਦੇ ਨਾਲ ਕਰਨਡ ਪਾਣ ਰਹੇ ਹੋ ਤਾਂ ਅਸੀਂ ਉਹਦੇ ਵਿੱਚ ਫਿਰ ਕੁਝ ਇਹ ਬੀ ਵੀ ਪਾ ਲੈਣੇ ਆ ਤਾਂ ਕਿ ਜਿਹੜਾ ਜਿੰਨਾ ਕੋ ਬੀਡ ਸਟਰਬ ਹੁੰਦਾ ਉਹਨਾਂ ਦਾ ਸਹੀਕ ਹੋ ਸਕੇ ਬਾਕੀ ਜਿਹੜਾ ਹੈਗਾ ਜਿਹੜੇ ਖੇਤਾਂ ਦੇ ਸੂਵੇ ਹਜੇ ਥੱਲੇ ਨਹੀਂ ਉਹਨਾਂ ਖੇਤਾਂ ਦੇ ਵਿੱਚ ਹੀ ਕਰਨਡ ਪਾ ਸਕਦੇ ਹਾਂ ਜਿੰਨੇ ਉੱਤੇ ਆ ਗਏ ਉਹਨਾਂ ਦੇ ਵਿੱਚ ਤਾਂ ਜਿੰਨਾ ਤੁਸੀਂ ਨਵੀਂ ਉਗਾਉਗੇ ਉਹਨਾਂ ਪੁਰਾਣੇ ਦਾ ਨੁਕਸਾਨ ਕਰ ਦਿਓਗੇ ਤਾਂ ਸਭ ਤੋਂ ਪਹਿਲਾਂ ਰੋਟਾਵੇਟਰ ਨਾਲ ਦੇਖੋ ਇਹ ਮੇਰਾ ਆਪਦਾ ਖੇਤ ਹੈ ਇਹ ਰੋਟੋ ਸੀਡ ਡ੍ਰਿਲ ਦੇ ਨਾਲ ਜਿਹੜਾ ਹੈਗਾ ਇਹ ਬੀਜਿਆ ਗਿਆ ਸੀਗਾ ਤਾਂ ਇਸ ਖੇਤ ਦੇ ਵਿੱਚ ਵੈਸੇ ਜਿਹੜਾ ਹੈਗਾ ਜਿਸ ਤਰ੍ਹਾਂ ਮੇਰੇ ਪਿੰਡ ਦੇ ਕਿਸਾਨ ਨੇ ਸਰਦਾਰ ਬਲਵਿੰਦਰ ਸਿੰਘ ਜੀ ਉਹ ਕਾਫੀ ਦਿਨੋਂ ਰੋਟਾਵੇਟਰ ਨਾਲ ਬੀਜਦੇ ਰਹੇ ਐ ਤਾਂ ਉਹਨਾਂ ਸਾਫ਼ ਸਪਸ਼ਟ ਇਹ ਕਹਿਣਾ ਸੀ ਕਿ ਯਾਰ ਮੈਂ ਅੱਜ ਤੱਕ ਕਦੇ ਰੋਟਾਵੇਟਰ ਵਾਲੀ ਕੰਮ ਕਰੰਡ ਹੋਈ ਨਹੀਂ ਦੇਖੀ ਹਾਂ ਇਹ ਸੱਚ ਹੈ ਬਹੁਤ ਸਾਰੇ ਕਿਸਾਨਾਂ ਦਾ ਕਹਿਣਾ ਹੈ ਕਿ ਰੋਟਾਵੇਟਰ ਨਾਲ ਵੀਜੀ ਹੋਈ ਕਣਕ ਕਰੰਡ ਨਹੀਂ ਹੁੰਦੀ। ਰੋਟਾਵੇਟਰ ਵਾਲੀ ਜਿਹੜੀ ਕਣਕ ਹੈਗੀ ਆ ਉਹ ਕਰੰਡ ਬਹੁਤ ਘੱਟ ਹੁੰਦੀ ਹੈ। ਰੋਟਾਵੇਟਰ ਵਾਲੀ ਦੇ ਵਿੱਚ ਕੀ ਹੁੰਦਾ ਹੈ ਕਿ ਇਹ ਪਰਾਲੀ ਹੁੰਦੀ ਹੈ ਤੇ ਉੱਪਰਲੇ ਪਾਸੇ ਜਿਹੜੀ ਪਰਤ ਹੈ ਉਹ ਪਤਲੀ ਹੁੰਦੀ ਹੈ। ਤੇ ਉਹ ਪਰਤ ਜਿੰਨੀ ਕੋ ਹਵਾ ਰਾਤ ਨੂੰ ਜਿਹੜਾ ਹੈਗਾ ਗਿੱਲ ਆਉਂਦੀ ਹੈ ਉਹਦੇ ਨਾਲ ਉਹਦੇ ਵਿੱਚੋਂ ਕਣਕ ਨਿਕਲ ਆਉਂਦੀ ਹੈ। ਤੇ ਫੇਰ ਰੋਟਾਵੇਟਰ 'ਚ ਆਪ ਨੂੰ ਪਤਾ ਹੀ ਹੈ ਕੁਛ ਦਾਣੇ ਉੱਤੇ ਪਏ ਹੁੰਦੇ ਜਿਹੜੇ ਕਿ ਪਹਿਲੇ ਪਾਣੀ ਤੁਗਣੀ ਹੁੰਦੀ ਹੈ ਸਾਰੀ ਦੀ ਸਾਰੀ ਪੂਰਤੀ ਹੋ ਜਾਂਦੀ ਹੈ। हां मेरे खेत देवे सिगा कि रोटावेटर ਚ ਇੱਕ ਦਿਨ ਪਹਿਲਾਂ ਮੀਂਹ ਪੈਣ ਤੋਂ ਕਨਕ ਬੀਜੀ ਸੀ ਬਹੁਤ ਦੇਵੇ ਸੁਹਾ ਹਜੇ ਨਹੀਂ ਚੱਲਿਆ ਸੀ ਆਪਾਂ ਉਹਦੇ ਉੱਤੇ ਸੁਹਾਗਾ ਗੋ ਚਾਕੇ ਖਿੱਚਤਾ ਤੇ ਉਹਦੀ ਸਾਰੀ ڪرੰਡ ਭੱਜ ਗਈ ਤੇ ਹੁਣ ਇੱਕ ਦੋ ਦਿਨ ਚ ਉਹ اگਾਈਗੀ ਮੈਂ ਤੁਹਾਨੂੰ ਦਿਖਾਵਾਂਗਾ ਵੀ ਉਹਦੇ ਪਰੇ ਰੋਟਾਵेटर ਵਾਲੇ ਜ਼ਰੂਰੀ ਨਹੀਂ ਕਿ ਤੁਸੀਂ ਸੁਹਾਗਾ ਇਹ ਤੇ ਤੁਸੀਂ ਚਲਾ ਸਕਦੇ ਹੋ ਜਾਂ ڪرੰਡਾ ਵੀ ਚਲਾ ਸਕਦੇ ਹੋ ਪਰੰਤੂ ਸੁਹਾ ਥੱਲੇ ਹੋਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਆਪਾਂ ਸੁਪਰ ਸੀਡਰ ਦੇ ਨਾਲ ਪੂਰੇ ਪੰਜਾਬ ਚ ਜ਼ਿਆਦਾ ਬਜਾਈ ਹੋਈ ਉਹ ਸੁਪਰ ਸੀਡਰ ਦੀ ਗੱਲ ਕਰ ਲਈਏ ਸੂਪਰ ਸੀਡਰ ਦੇ ਵਿੱਚ ਬਹੁਤ ਐ ਖਾਨਵੀਰਾਂ ਨੇ ਤੇ ਕੀ ਕੀਤਾ ਕਿ ਅੱਗ ਲਾ ਕੇ ਸੂਪਰ ਸੀਡਰ ਨੂੰ ਭਿੱਜੀਏ ਜਿਹੜਾ ਕਿ ਚੰਗਾ ਤਰੀਕਾ ਨਹੀਂ ਹੈਗਾ ਇਹ ਗਲਤ ਤਰੀਕਾ ਹੈ ਤਾਂ ਇਹੋ ਜਿਹੇ ਖੇਤਾਂ ਦੇ ਵਿੱਚ ਤੁਸੀਂ ਜਿਹੜਾ ਹੈਗਾ ਉੱਚਾ ਚੱਕ ਕੇ ਰੋਟਾਵੇਟਰ ਚਲਾ ਸਕਦੇ ਹੋ ਤਾਂ ਕਿ ਢੇਠਲਾ ਬੀਡ ਸਟਰਬ ਨਾ ਹੋਵੇ ਤਾਂ ਉਹਦੇ ਨਾਲ ਸਾਰੀ ਫਿਪੜੀ ਭੱਜ ਜੂਗੀ ਤੁਸੀਂ ਅਗਲੇ ਪਾਸਿਓਂ ਜੇ ਖੇਚਪੁਰਾ ਪਰਾਲੀ ਵੀ ਹੈਗੀ ਹੈ ਤੇ ਸੁਹਾਗਾ ਅੱਗੋ ਚੱਕ ਕੇ ਜਿਵੇਂ ਤੁਹਾਡਾ ਲੋਹੇ ਵਾਲਾ ਸੁਹਾਗਾ ਹੁੰਦਾ ਹੈ ਮੈਂ ਸੁਹਾਗੇ ਨੂੰ ਇਸ ਤਰੀਕੇ ਨਾਲ ਮਾਰੋ ਕਿ ਉਹ ਪੂਰਾ ਉੱਪਰ ਨਾ ਪਰਾਲੀ ਨੂੰ ਨਾ ਖਿੱਚੇ ਇਹ ਤੁਸੀਂ ਆਪਣਾ ਦੇਖਣਾ ਤੇ ਉਹਦੇ ਨਾਲ ਜਿਹੜਾ ਹੈਗਾ ਉੱਤਮਾੜਵੇਂ ਪੇਪੜੀ ਭਾਜੇ ਕਰਾਂਡਾ ਜੇ ਤੁਹਾਡੇ ਖੇਤ ਦੇ ਵਿੱਚ ਪ੍ਰਾਲੀ ਨਹੀਂ ਅੜਦੀ ਕਰਾਂਡਾ ਵੀ ਚਲਾ ਸਕਦੇ ਹੋ ਜੇ ਪ੍ਰਾਲੀ ਅੜਦੀ ਹੈ ਤਾਂ ਫਿਰ ਤੁਸੀਂ ਉਲਟੀ ਦਿਸ਼ਾ ਦੇ ਵਿੱਚ ਜ਼ੀਰੋ ਡ੍ਰਿਲ ਲੰਗਾ ਦਿਓ ਥੋੜਾ ਬੋਤਾ ਵੀ ਵੀ ਪੋਣ ਦਾ ਪਾ ਲਿਓ ਜੋ ਉਲਟੀ ਦਿਸ਼ਾ ਦੇ ਵਿੱਚ ਜ਼ੀਰੋ ਡ੍ਰਿਲ ਲੰਗਾ ਆਜੋ ਉਲਟੇ ਪਾਸੇ ਨੂੰ ਸਿਹੜਾ ਦੇ ਉਲਟਾ ਤਾਂ ਉਹ ਭਣ ਤੋੜ ਕਰ ਦੇਗਾ ਤਾਂ ਉਸ ਭਣ ਤੋੜ ਦੇ ਵਿੱਚ ਜਿਹੜਾ ਹੈਗਾ ਖੇਤ ਦੇ ਵਿੱਚ ਵਿੰਗੀ ਟੜੀ ਹੋ ਕੇ ਉਹ ਕਣਕ ਨਿਕਲ ਆਏਗੀ ਜ਼ੀਰੋ ਡ੍ਰਿਲ ਦਾ ਵਧੀਆ ਕਨਸੈਪਟ ਹੈ ਇਹ ਰੇ ਵਿੱਚ ਕਿਉਂਕਿ ਜਿੱਥੇ ਪਰਾਲੀ ਹੈਗੀ ਉੱਥੇ ਜੀਰੋ ਡ੍ਰਿਲ ਉੱਥੇ ਬਹੁਤ ਵਧੀਆ ਕੰਮ ਕਰੂਗੀ ਉਹਦੇ ਵਿੱਚ ਅਗਲੀ ਗੱਲ ਆ ਗਈ ਸਮਾਰਟ ਸੀਡਰ ਦੀ ਸਮਾਰਟ ਸੀਡਰ ਦੇ ਵਿੱਚ ਇੱਕ ਦੋ ਜਗ੍ਹਾ ਤੋਂ ਫੋਨ ਆਏ ਨੇ ਕਿ ਕੰਨ ਕਰੰਟ ਹੋ ਗਈ ਏ ਸਮਾਰਟ ਸੀਡਰ ਦੇ ਵਿੱਚ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਤੁਹਾਡੇ ਕੋਲੇ ਵੇ ਵਾਚ ਐਂਡ ਵੇਟ ਬਸ ਉਹਨੂੰ ਦੇਖੋ ਤੇ ਇੰਤਜ਼ਾਰ ਕਰੋ ਜਿੰਨੀ ਉੱਗ ਗਈ ਠੀਕ ਐ ਬਾਕੀ ਜਿਹੜਾ ਹੈਗਾ ਜੇ ਨਹੀਂ ਉਗਦੀ ਤਾਂ ਦੁਬਾਰਾ ਤੁਹਾਨੂੰ ਬੀਜਣ ਵਾਲੇ ਕੋਲ ਜਾਣਾ ਪਏਗਾ ਜੇ ਕਰੋੜੇ ਵਿੱਚ ਤੁਹਾਨੂੰ ਲੱਗਦਾ ਕਿ ਮੇਰੀ 60 70% ਕੰਨ ਕੋਗਾ ਹੀ ਹੈ ਤਾਂ ਫਿਰ ਉਹਦੇ ਵਿੱਚ ਭਾਈ ਤੁਹਾਨੂੰ ਜਿਹੜਾ ਹੈਗਾ ਪਾਣੀ ਦੇ ਅੱਗੇ ਆਪਾਂ ਛਿੱਟਾ ਦੇ ਕੇ ਕੁਛ ਨਾ ਕੁਛ ਕੰਮ ਚਲਾ ਲਾਂਗੇ ਤਾਂ ਉਹਦੇ ਵਿੱਚ ਕਰੰਟ ਨਹੀਂ ਫਟਣੀ ਅਗਲੀ ਗੱਲ ਅਗਲੀ ਗੱਲ ਡ੍ਰਿਲ ਦੀ ਗੱਲ ਕਰਦੇ ਜਿਹੜੇ ਖੇਤਾਂ ਵਿੱਚ ਡ੍ਰਿਲ ਦੇ ਨਾਲ ਖੇਤ ਜੋ ਗੱਠਾ ਚਕਾਈਆਂ ਨੇ ਜਾਂ ਖੇਤਲੀਪਰ ਮਰ ਕੇ ਅਗ ਲਾਈ ਆ ਖੇਤ ਸਾਫ਼ ਕਰਕੇ ਡ੍ਰਿਲ ਨਾਲ ਕੰਨ ਖੀਜੀ ਹੈ ਡ੍ਰਿਲ ਵਾਲੀ ਕੰਨਕ ਦੇ ਵਿੱਚ ਜਿਹੜੀ ਨਿੱਕੀ ਪਿੱਟੀ ਦੀ ਵੱਟ ਬੰਦੀ ਹੈ ਉਹ ਵੱਟ ਤੋਂ ਥੱਲੇ ਜਾ ਕੇ ਕਨਕ ਜਿਹੜਾ ਹੈਗਾ ਕਰਾਂਡ ਪੰਦਣੀ ਪਏਗੀ ਤਾਂ ਇਹਦੇ ਵਿੱਚ ਕੀ ਹੁੰਦਾ ਹੈ ਕਿ ਜੇਕਰ ਅਸੀਂ ਤੋਂ ਸੁਹਾਗਾ ਚਲਾਉਣੇ ਹੈ ਤਾਂ ਉਹ ਜਿਹੜਾ ਹੈਗਾ ਥੋੜਾ ਦਿੱਕਤ ਕਰਦਾ ਸਭ ਤੋਂ ਵਧੀਆ ਗੱਲ ਹੈ ਕਿ ਕਰਾਂਡਾ ਫੇਰ ਦਿੱਤਾ ਜਾਵੇ ਧਿਆਨ ਰਵੇ ਕਿ ਕਰਾਂਡਾ ਜਿਹੜਾ ਹੈਗਾ ਹੇਠਲੇ ਪਾਸੇ ਇਸ ਨੂੰ ਦਸਬੀ ਨੂੰ ਡਿਸਟਰਬ ਨਾ ਕਰੇ ਦੂਸਰਾ ਹੈਗਾ ਕਿ ਉਹਦੇ ਵਿੱਚ ਡ੍ਰਿਲ ਚਲਾਈ ਜਾ ਸਕਦੀ ਥੋੜਾ ਬੀ ਪਾ ਕੇ ਤੀਸਰਾ ਇਹ ਹੈਗਾ ਕਿ ਤੁਸੀਂ ਜੇਕਰ ਵੀ ਥੋੜਾ ਹਜੇ ਥੱਲੇ ਹੀ ਹੈ ਸੂਆ ਉੱਤੇ ਨਹੀਂ ਆਇਆ ਤੇ ਉੱਚਾ ਚੱਕ ਕੇ ਰੋਟਾਵੇਟਰ ਥੋੜਾ ਜਿਹਾ ਮਾਰ ਕੇ ਤਾਂ ਉਹਦੇ ਨਾਲ ਵੀ ਉਹਦੀ ਕਰਨ ਜਿਹੜੀ ਹੈਗੀ ਤੁਸੀਂ ਆਰਾਮ ਦੇਣਾ ਭਨ ਸਕਦੇ ਹੋ ਪਰ ਥੱਲੇ ਬੀ ਨਾ ਜਾਵੇ ਹਾਂ ਬੀਡ ਸਟਾਰ ਬਣਾਵੇ ਉੱਥੇ ਥੋੜਾ ਬੀ ਪਾ ਸਕਦੇ ਹਾਂ ਥੋੜਾ ਤਾਂ ਇਹ ਤੁਹਾਡੇ ਸਰਫੇਸ ਸੀਡਰ ਤੁਹਾਡਾ ਜ਼ੀਰੋ ਡ੍ਰਿਲ ਤੁਹਾਡਾ ਹੈਪੀ ਸੀਡਰ ਇਹਨਾਂ ਦੀ ਕਰਨ ਕਰਨ ਨਹੀਂ ਹੁੰਦੀ ਇਹਨਾਂ ਦੇ ਲਈ ਤਾਂ ਮੀਨੇ ਫਾਇਦਾ ਹੀ ਕਰਨਾ ਥੋੜਾ ਬੀ ਦੀ ਇਹ ਪਰਸੈਂਟ ਜਿਆਦਾ ਹੋਰ ਵੱਜ ਜਾਣੀ ਹੈ ਜਿੱਥੇ ਕਿਤੇ ਕਣਕ ਬਹੁਤ ਘੱਟ ਉੱਗੀ ਏ ਤੇ ਉਥੇ ਜਿਹੜਾ ਹੈਗਾ ਤੇ ਤੁਹਾਡੀ ਕਣਕ ਪੰਜਾਬ% ਤੋਂ ਘੱਟ ਉੱਗੀ ਹੈ ਤਾਂ ਉਹਦੇ ਲਈ ਸੀਜ਼ਨ ਮਾਰਨਾ ਕਰਿਓ ਜੋ ਠੀਕ ਹੈ ਐਵੇਂ ਨਾ ਦੇਖਿਓ ਕਿ ਹੁਣ ਜਿਹੜਾ ਹੈਗਾ ਕਣ ਕੱਲ ਨੂੰ ਉਗੂਗੀ ਪਰਸੋਂ ਕਿਉਂਕਿ ਇਹਦੇ ਚ ਨਾ ਤਾਂ ਕਰੰਡ ਪੰਨੀ ਯਾਨੀ ਜਿਹੜੀ ਤੁਹਾਡੀ ਪੰਜਾਬ% ਉੱਗੀ ਕਣਕ 40% ਉੱਗੀ ਕਣਕ ਇਹਦੇ ਵਿੱਚ ਤਾਂ ਫਿਰ ਤੁਸੀਂ ਦੇਖੋ ਸੀਜ਼ਨ ਮਾਰਨਾ ਕਰ ਲਿਓ ਜੋ ਆਰਾ 2-4 ਦਿਨ ਦੇਖੋ ਜਿਵੇਂ ਇਸੇ ਵੀਡੀਓ ਚ ਪਹਿਲਾਂ ਪਿੱਛੇ ਚੱਲਦਾ ਸਪੈਸ ਸਰਫੇਸ ਸਿਰਫੇ ਸਿਰੋਚ ਕਣਕੁੱਗੀ ਦਿਖਾਈ ਹੈ ਤਾਂ ਉਹਦੇ ਵਿੱਚ ਥੋੜੇ ਗਰੰਡ ਪਣੀ ਜਾਣੀ ਹੈ ਤਾਂ ਉਹੋ ਜਿਹੀਆਂ ਸਥਿਤੀਆਂ ਦੇ ਵਿੱਚ ਦੇਖੋ ਸਵੇਰ ਦੇ ਟਾਈਮ ਕਿੰਨੀ ਕਣਕ ਨਿਕਲਦੀ ਹੈ ਜੇ ਨਹੀਂ ਨਿਕਲਦੀ ਹੈ ਤੁਹਾਨੂੰ ਕੋਈ ਨਾ ਕੋਈ ਡਿਸੀਜਨ ਲੈਣਾ ਪਵੇਗਾ ਕਈ ਕਿਸਾਨ ਵੀ ਪਾਣੀ ਲਾਉਣ ਬਾਰੇ ਕਹਿੰਦੇ ਆ ਪਾਣੀ ਲਾਉਣਾ ਕੋਈ ਚੰਗਾ ਕਦਮ ਨਹੀਂ ਹੈਗਾ ਕਿਉਂਕਿ ਕਣਕ ਦੇ ਵਿੱਚ ਪਾਣੀ ਲਾ ਕੇ ਜਿਹੜਾ ਹੈਗਾ ਇੱਕ ਤਾਂ ਕਣਕ ਦਾ ਬੀ ਗਲ ਜਾਂਦਾ ਪਾਣੀ ਰੁਕ ਜਾਂਦਾ ਦੂਜਾ ਨਦੀਨ ਬਹੁਤ ਜ਼ਿਆਦਾ ਹੋ ਜਾਂਦਾ ਹੈ ਤੇ ਠੀਕ ਹੈ ਕੋਈ ਕਿਸਾਨਾਂ ਦੇ ਤਜਰਬੇ ਨੇ ਅਸੀਂ ਸਰਫੇਸ ਸੀਡਰ ਚ ਪਾਣੀ ਲਾਉਨੇ ਆ ਪਰੰਤੂ ਇਹ ਖੇਤ ਵਾਇਆ ਨਹੀਂ ਹੁੰਦਾ ਉਹ ਵਾਇ ਖੇਤ ਦੇ ਪਾਣੀ ਮੱਲੋ ਜਿਹਾ ਰੀ ਵਧ ਲੱਗ ਜਾਂਦਾ ਤਾਂ ਆਪਾਂ ਉਹਦੀ ਰਿਕਮੈਂਡੇਸ਼ਨ ਨਹੀਂ ਕਰਾਂਗੇ ਪਰੰਤੂ ਤੁਸੀਂ ਆਪਣੇ ਹਿਸਾਬ ਦੇ ਨਾਲ ਉਹ ਜੇ ਪਹਿਲਾਂ ਕਦੇ ਕਰਕੇ ਤਜਰਬਾ ਦੇਖਿਆ ਤਾਂ ਉਹਨੂੰ ਦੇਖ ਸਕਦੇ ਹੋ ਸਾਡੇ ਵੱਲੋਂ ਇਹੀ ਹੈ ਕਿ ਭਾਈ ਇਹ ਜਿੱਥੇ ਸੂਬਾ ਕਰੰਡ ਪਾਣ ਲੱਗਿਆ ਧਿਆਨ ਰੱਖੋ ਭਾਵੇਂ ਤੁਸੀਂ ਹੈਰੋਂ ਵਰਤ ਰਹੇ ਹੋ ਝਾਲ ਵਰਤ ਰਹੇ ਹੋ ਕਰਾਂਡਾ ਵਰਤ ਰਹੇ ਹੋ ਰੋਟਾਵਿਟਰ ਵਰਤ ਰਹੇ ਹੋ ਜ਼ੀਰੋ ਟੇਲ ਵਰਤ ਰਹੇ ਹੋ ਜਿੱਥੇ ਬੀ ਸਕਦਾ ਪੈ ਸਕਦਾ ਉਹ ਥੋੜਾ ਬੀ ਪਾ ਲਈ ਆਪਾਂ ਥੋੜਾ ਜਆ ਬਾਕੀ ਖੇਤਾਂ ਦੇ ਵਿੱਚ ਆਪਾਂ ਧਿਆਨ ਰੱਖੀਏ ਕਿ ਹੀਟੋਂ ਕਣਕ ਡਿਸਟਰਬ ਨਾ ਹੋਵੇ ਠੀਕ ਹੈ ਤੇ ਉੱਤੋਂ ਤੋਂ ਇਹ ਕਰੰਟ ਪੰਨੀ ਜਾਵੇ ਜੇ ਕਣਕ ਕੋਈ 60% 70% ਕਿਦੇ ਹਿਸਾਬ ਨਾਲ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਜੇ ਥੋੜਾ ਬਹੁਤਾ ਰਹਿ ਗਿਆ ਆਪਾਂ ਪਹਿਲੇ ਪਾਣੀ ਦੇ ਅੱਗੇ ਛੋਟੇ ਟਾਈਮ ਦੀ ਕਿਸਮ ਦਾ ਛਿੱਟਾ ਦੇ ਕੇ ਉਹ ਆਪਾਂ ਉੱਥੇ ਕਰ ਸਕਦੇ ਹਾਂ ਤਾਂ ਇਹ ਸੀ ਸਭ ਹੁਣ ਵੱਡੀ ਸੋਚ ਸਿੱਖ ਹੋਰ ਆ ਜਾਣੀ ਹੈ ਕਿ ਜਿੱਥੇ ਕਣਕਾਂ ਉੱਗਾਈਆਂ ਹੈਗੀਆਂ ਉੱਥੇ ਨਦੀਨ ਬਹੁਤ ਹੋ ਜਾਣਾ ਹੈ ਉਹ ਨਦੀਨ ਵਾਸਤੇ ਵੀ ਆਪਾਂ ਅਗਲੀ ਵੀਡੀਓ 'ਚ ਗੱਲ ਕਰਦੇ ਆਂ ਤਾਂ ਆਪਦੇ ਵਿਚਾਰ ਤੁਸੀਂ ਜ਼ਰੂਰ ਦਿਓ ਜੋ ਕਿ ਕਿਵੇਂ ਕਰਨ ਭੰਦਿਓ ਕੀ ਕੁਝ ਕਰਦੇ ਹੋ ਮੈਂ ਤੁਹਾਡੇ ਸਾਰਿਆਂ ਦੇ ਵਿਚਾਰ ਲਿਖਾਂਗਾ ਲਿਖ ਕੇ ਤੁਹਾਡੇ ਤੋਂ ਫਿਰ ਫੀਡਬੈਕ ਵੀ ਤੁਸੀਂ ਉਹ ਦੇਣੀ ਹੈ ਕਿ ਕੰਨ ਕਿਵੇਂ ਤੁਹਾਡੀ ਉੱਗੀ ਹੈ ਤਾਂ ਕਿ ਆਪਾਂ ਅਗਲੇ ਸਾਲ ਵਾਸਤੇ ਇੱਕ ਆਪਣੇ ਕੋਲੇ ਮਜ਼ਬੂਤ ਚੀਜ਼ ਹੋਵੇ ਇਸ ਸਾਲ ਕੋਈ ਇੰਨਾ ਡਾਟਾ ਨਹੀਂ ਹੈਗਾ ਮੇਰੇ ਕੋਲ ਕਿ ਮੈਂ ਤੁਹਾਨੂੰ ਜਿਹੜਾ ਹੈਗਾ ਫੁੱਲ ਕੰਫੀਡੈਂਟ ਹੋ ਕੇ ਕਹਾਂ ਕਿ ਇੱਥੇ ਆਹ ਤਰੀਕਾ ਵਰਤ ਲਓ ਇਹਦੇ ਕਰਕੇ ਤੁਹਾਡਾ ਡਾਟਾ ਹੁਣਾ ਬਹੁਤ ਜ਼ਰੂਰੀ ਹੈ ਧੰਨਵਾਦ ਦੋਸਤੋ ਮੇਹਰ ਬਣੋ ਦੋਸਤੋ